ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਆਸ ਹੈ ਕਿ ਤੁਸੀਂ ਬਿਲਕੁਲ ਤੰਦਰੁਸਤ ਹੋਵੋਗੇ, ਫਿੱਟ ਫਾਟ ਹੋਵੋਗੇ ਪੂਰਾ। ਅਤੇ ਅੱਜ ਥੋੜ੍ਹਾ ਜਿਹਾ ਤੁਹਾਡੇ ਨਾਲ ਲਾਈਵ ਗੱਲਾਂ ਬਾਤਾਂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਮਾਰਚ ਮਹੀਨੇ ਦਾ ਪਹਿਲਾ ਦਿਨ 1st March, ਅਤੇ ਪਰਮਾਤਮਾ ਕਰੇ ਪੂਰਾ ਮਹੀਨਾ ਤੁਹਾਡੇ ਲਈ ਤੰਦਰੁਸਤੀਆਂ, ਤੁਹਾਡੇ ਲਈ ਅੱਛੀ ਸਿਹਤ, ਤੁਹਾਡੀ ਕਾਮਯਾਬੀ ਦੀ ਅਸੀਂ ਕਾਮਨਾ ਕਰਦੇ ਹਾਂ ਜੀ। ਅੱਜ ਤੁਹਾਡੇ ਨਾਲ ਲਾਈਵ ਹੋਣ ਦਾ ਥੋੜ੍ਹਾ ਜਿਹਾ ਇੱਕ ਜ਼ਰੂਰੀ ਮਕਸਦ ਸੀ, ਰੀਜ਼ਨ ਸੀ। ਪਹਿਲਾਂ ਤੁਹਾਨੂੰ ਸਰਬੀ ਹੋਰਾਂ ਨੂੰ, ਕਮਲ ਹੋਰਾਂ ਨੂੰ, ਸਿੰਘ ਸਾਹਿਬ ਜੀ, ਰਜਿੰਦਰ ਖੂਜਾ ਜੀ, ਰਾਜਿੰਦਰ ਧੀਮਾਨ ਜੀ, ਮਾਨਤ ਜੀ, ਸ਼ਮਸ਼ੇਰ ਜੀ, ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ, ਗੁੱਡ ਵਿਸ਼ਿਜ਼। ਅਤੇ ਅੱਜ ਵੈਸੇ ਚੱਲੇ ਹੁਣ ਏਅਰਪੋਰਟ ਨੂੰ, ਅਸੀਂ ਮੁੰਬਈ ਦੀ ਤਿਆਰੀ ਹੈ ਜੀ, ਕਿਉਂਕਿ ਕੰਮ ਸਾਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਆ, ਪਰ ਅੱਛਾ ਕੰਮ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਚੰਗੇ ਜਿਹੜੇ ਗੀਤ ਆ, ਜਿਹੜੇ ਉਹਨੂੰ ਰਿਕਾਰਡ ਕਹਿੰਦੇ ਹਾਂ ਕਿ ਪਹਿਲਾਂ ਕਹਿੰਦੇ ਸੀ ਰਿਕਾਰਡ, ਕਿਉਂਕਿ ਉਹ ਔਨ ਰੈਕਡ ਉਹ ਸਦਾ ਰਹਿਣੇ, ਉਹ ਸੰਦੀਪ ਹੀ ਹੈਗੇ। ਉਹ ਤੁਸੀਂ 5, 10, 50 ਸਾਲਾਂ ਨੂੰ ਬੰਦਾ ਜਦੋਂ ਨਹੀਂ ਵੀ ਰਹਿੰਦਾ ਉਦੋਂ ਵੀ ਉਹ ਗੀਤ ਵੱਜਦੇ ਆ, ਜਿਵੇਂ ਹੁਣ ਸਾਰੇ ਸਾਡੇ ਜਿਹੜੇ ਸੀਨੀਅਰ ਕਲਾਕਾਰ ਉਹਨਾਂ ਦੇ ਗੀਤ ਵੱਜਦੇ ਆ। ਸੋ ਆਪਦੇ ਵੱਲੋਂ ਕੋਸ਼ਿਸ਼ ਹੋਣੀ ਚਾਹੀਦੀ ਹੈ ਜੀ ਕਿ ਉਹ ਪੂਰੇ ਵਧੀਆ ਹੋਣ, ਪੂਰੇ ਮਿਹਨਤ ਦੇ ਨਾਲ ਬਣਾਏ ਜਾਣ। ਉਹੀ ਕੋਸ਼ਿਸ਼ ਮੇਰੀ ਹੈ ਜੀ ਕਿ ਜਿੰਨੇ ਵੀ ਅੱਗੋਂ ਜਿਹੜੇ ਸਿੰਗਲ ਟਰੈਕਸ ਆ ਰਹੇ ਆ ਜਾਂ ਸਤਰੰਗੀ ਪੀਂਗ 3 ਆ ਰਹੀ ਆ, ਉਹਦੇ 'ਤੇ ਪੂਰੀ ਜਾਨ ਲਾਈ ਹੋਈ ਹੈ ਜੀ। ਲਵੀ ਸਿੰਘ ਹੋਰੀ ਕਹਿੰਦੇ ਆ, ਸੱਜਣਾ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ। ਅੱਛਾ ਜੀ, ਅੱਜ ਕਾਲ ਹੈ ਜਿਹੜੀ ਉਹ ਮੁੰਬਈ ਤੋਂ ਆਈ ਹੈ ਜੀ, ਮੁੰਬਈ ਜਾ ਰਹੇ ਹੈਗੇ ਜੀ। ਅਤੇ ਜਲੰਧਰ ਦੀ ਕਾਲ ਵੀ ਜ਼ਰੂਰ ਆਊਗੀ ਕਿਉਂਕਿ 2 ਦਿਨਾਂ ਤੱਕ ਵਾਪਸ ਆ ਕੇ ਫਿਰ ਸ਼ੋਅ ਕਰਨੇ ਹੈਗੇ। ਬਬਲੂ ਵਿਰਕ ਜੀ ਅੰਮ੍ਰਿਤਸਰ ਤੋਂ ਕਹਿੰਦੇ, ਜਗਤਾਰ ਮਾਨ ਸਾਡਾ ਗੋਤੀ, ਕਾਲਾ ਸੇਖੋਂ ਸਾਹਿਬ, ਅਤੇ ਰਾਹੁਲ ਜੋਸ਼ੀ ਜੀ, ਫੱਤਾ ਸਿੰਘ, ਕਿਆ ਬਾਤ ਆ, ਲਿਖਿਆ ਵੀ ਪੰਜਾਬੀ ਜੀ ਹੈ ਬਾਈ ਨੇ, ਕੀ ਹਾਲ ਹੈ ਜੀ। ਯੂਰ ਕ੍ਰੀਏਟਿਵਿਟੀ ਇਜ਼ ਮਾਰਵਲਸ, ਇਹ ਕਿਹਨੇ ਲਿਖਿਆ ਜੀ, ਲੰਘ ਗਿਆ ਨਾਂ, ਤਦ ਤੱਕ ਨਾਂ ਲੰਘ ਜਾਂਦੇ ਆ ਜ਼ਰੂਰ। ਸੋ ਮਾਲਕ ਨੇ ਇਹ ਵਿਧ ਬਣਾਈ ਹੈ, ਚਾਂਸ ਇਹ ਮੌਕੇ ਦਿੱਤੇ ਹੈਗੇ ਕਿ ਅੱਛੇ ਲੋਕਾਂ ਨਾਲ, ਅੱਛੇ ਮਿਊਜ਼ਿਕ ਡਾਇਰੈਕਟਰਸ, ਵੀਡੀਓ ਡਾਇਰੈਕਟਰਸ, ਅੱਛੇ ਪ੍ਰੋਡਕਸ਼ਨ ਹਾਊਸਿਸ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਅਤੇ ਆਪਦੇ ਵੱਲੋਂ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਿਹੜੇ ਉਹ ਗੀਤ ਆ ਉਹ ਸੰਦੀਵੀ ਹੋਣ, ਉਹ ਯਾਦਗਾਰੀ ਹੋਣ। ਜਿਹੜੇ ਅੱਜ ਵੀ ਚੰਗਾ ਲੱਗਦਾ ਜਦੋਂ ਟਰੱਕਾਂ ਪਿੱਛੇ ਲਿਖਿਆ ਤੁਸੀਂ, ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ, 3 ਰੰਗ ਨਹੀਂ ਲੱਭਣੇ, ਮਾਨਾ ਮਰ ਜਾਣਾ, ਯਾਦਾਂ ਰਹਿ ਜਾਣੀਆਂ, ਜੱਗ ਜਿਉਂਦਿਆਂ ਦੇ ਮੇਲੇ। ਸੋ ਉਹ ਗਾਣੇ ਕਿਉਂਕਿ ਲੋਕਾਂ ਦੇ ਨੇ, ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਆ, ਲੋਕ ਤੁਹਾਡੇ ਜਜ਼ਬਾਤਾਂ ਨਾਲ ਜੁੜੇ ਆ, ਤੁਹਾਡੇ ਸੰਸਕਾਰਾਂ ਨਾਲ ਜੁੜੇ ਹੋਏ ਆ, ਤੁਹਾਡੇ ਪਰਿਵਾਰਾਂ ਨਾਲ ਜੁੜੇ ਹੋਏ ਆ। ਸਭ ਤੋਂ ਪਹਿਲਾਂ ਜੀ ਕੁਦਰਤੀ ਕੋਲੋਂ ਦਰਸ਼ਨ ਕਰ ਸਕਦੇ ਹੋ ਸ਼ਹੀਦਾਂ ਸਾਹਿਬ ਮੋਹਾਲੀ ਗੁਰੂ ਘਰ ਦੇ, ਕਿਉਂਕਿ ਅਸੀਂ ਏਅਰਪੋਰਟ ਨੂੰ ਜਾ ਰਹੇ ਸੀ। ਸੋ ਵਿਸ਼ਵਾ ਦੀਪ ਬਰਾੜ ਸਾਹਿਬ ਬਹੁਤ ਖੂਬਸੂਰਤ ਮੈਸੇਜ ਤੁਸੀਂ ਲਿਖਿਆ ਵੀਰ, ਬਹੁਤ ਧੰਨਵਾਦ ਤੁਹਾਡਾ। ਸੁਰਿੰਦਰ ਵਿਰਕ ਜੀ, ਮੁਸਾਵਰ ਸਾਹਿਬ, ਲੁਤਫ, ਰਤੀਫ, ਤਲਵਿੰਦਰ ਜੀ, ਰਾਜੇਸ਼ ਸੈਣੀ ਔਰ ਅਮਿਤ ਸਵਾਮੀ ਜੀ, ਬਹੁਤ ਸਾਰੇ ਤੁਹਾਡੇ ਢੇਰਾਂ ਦੇ ਢੇਰ ਤੁਹਾਡੇ ਸੁਨੇਹੇ ਨੇ, ਤੁਹਾਡੇ ਸੁਨੇਹੇ ਆ ਜਿਹੜੇ ਉਹ ਹਮੇਸ਼ਾ ਹੀ ਜਿਸ ਤਰ੍ਹਾਂ ਠੰਡੀ ਹਵਾ ਦੇ ਬੁੱਲੇ ਆਉਂਦੇ ਆ, ਮਾਰੂਥਲ ਦੇ ਵਿੱਚ ਠੰਡੀ ਹਵਾ ਦੇ ਬੁੱਲੇ ਹੋਣ, ਉੱਦਾਂ ਤੁਹਾਡੇ ਸੁਨੇਹੇ ਆ, ਇੰਨੇ ਪਿਆਰੇ, ਲੱਖਾਂ
ਏਸੀ ਉਹਨਾਂ ਦੀਆਂ ਠੰਡੀਆਂ ਹਵਾਵਾਂ ਵੀ ਇਹਨਾਂ ਦੀ ਰੀਸ ਨਹੀਂ ਕਰ ਸਕਦੀ, ਇੰਨੇ ਪਿਆਰ ਭਲੇ ਭਰੇ ਜਿਹੜੇ ਇਹ ਤੁਹਾਡੇ ਸੁਨੇਹੇ ਹੁੰਦੇ ਆ, ਇਹ ਹੌਸਲਾ ਦਿੰਦੇ ਆ, ਇਹ ਆਕਸੀਜਨ ਦਾ ਕੰਮ ਕਰਦੇ ਕਲਾਕਾਰ ਲਈ, ਕਿਉਂਕਿ ਹੌਸਲਾ ਹੱਲਾਸ਼ੇਰੀ ਜਿਹੜੀ ਉਹ ਬਹੁਤ ਜ਼ਰੂਰੀ ਹੈਗੀ ਜੀ। ਸੋ ਸਰਬਜੀਤ ਚੌਹਾਨ ਜੀ, ਮਨਦੀਪ ਜੀ, ਅਰੁਣਜੀਤ ਜੀ, ਰਾਜਦੀਪ ਸਿੰਘ ਜੀ, ਸੈਂਡੀ ਜੀ ਔਰ ਸੁਸ਼ੀਲ ਸਾਹਿਬ, ਰਾਣਾ ਜੌਹਲ ਜੀ, ਸਟਾਲਨਵੀਰ ਸਿੰਘ, ਸਤਿ ਸ਼੍ਰੀ ਅਕਾਲ ਬਾਈ ਜੀ। ਸਟਾਲਨ ਸਤਿ ਸ਼੍ਰੀ ਅਕਾਲ, ਕਿੱਥੇ ਗੁੰਮ ਹੈ ਸਟਾਲਨ ਸਾਡਾ ਵੀਰ, ਵੈਰੀ ਟੈਲੈਂਟਡ, ਮੈਨੂੰ ਬਹੁਤ ਖੂਬਸੂਰਤ ਪ੍ਰੋਜੈਕਟਸ 'ਤੇ ਸਟਾਲਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਮਾਲਕ ਨੂੰ ਇਹਦੀ ਸੋਚ ਨੂੰ ਔਰ ਇਹਦੀ ਫਖਰ ਪੁਣਾ ਜਿਹੜਾ ਇਹਦਾ ਮਸਤ ਸੁਭਾਅ ਜਿਹੜਾ ਖੁੱਲੀਆਂ ਉਡਾਰੀਆਂ, ਆਜ਼ਾਦ ਉਡਾਰੀਆਂ, ਜਿਹੜੀਆਂ ਆਜ਼ਾਦ ਸੋਚ ਉਹਨੂੰ ਇੱਦਾਂ ਹੀ ਰੱਖੇ। ਬਬਲੂ ਜੀ, ਸੁਮੀਤ ਜੀ, ਗੁਰਜੀਤ ਸਿੰਘ ਜੀ, ਰਾਜਵੰਤ ਕੌਰ ਜੀ, ਗੁਰਪ੍ਰੀਤ ਕੌਰ ਜੀ, ਲਵ ਕੁਮਾਰ ਜੀ, ਹਰਪ੍ਰੀਤ ਸਿੰਘ ਜੀ, ਸਾਰੇ ਮੇਰੇ ਤੁਸੀਂ ਸਤਿਕਾਰਯੋਗ ਹੋ, ਮੇਰੇ ਪਿਆਰੇ ਹੋ ਤੁਸੀਂ। ਸੋ ਮੈਂ ਕਾਫੀ ਦੇਰ ਤੋਂ ਸਟੇਜਾਂ ਤੋਂ ਤੁਹਾਡੇ ਨਾਲ, ਗਗਨ ਬਰਾੜ ਜੀ ਤੁਹਾਡੇ ਨਾਲ ਮੈਂ ਇੰਟਰੋਡਿਊਸ ਕਰ ਰਿਹਾ, ਮੇਰਾ ਬਹੁਤ ਅਜੀਜ਼ ਇੱਕ ਜਿਹੜਾ ਜਿੱਥੋਂ ਮੇਰੀ ਸ਼ੁਰੂਆਤ ਹੋਈ ਉਹ ਸੀ, ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਮੈਂ ਜਿਹੜੀ ਕਵੀਸ਼ਰੀ ਤੋਂ ਸ਼ੁਰੂਆਤ ਕੀਤੀ ਸੀ, ਅਤੇ ਜਿਹੜੇ ਨਾਮ ਮੇਰੇ ਜ਼ਿਹਨ ਦੇ ਵਿੱਚ, ਅਤੇ ਜਿਨ੍ਹਾਂ ਦੀ ਬਾਅਦ 'ਚ ਉਸਤਾਦਾਂ ਵਾਂਗੀ ਮੈਨੂੰ ਸੰਗਤ ਮਾਨਣ ਦਾ ਮੌਕਾ ਮਿਲਿਆ, ਜਿਨ੍ਹਾਂ ਤੋਂ ਮੈਨੂੰ ਜ਼ਿੰਦਗੀ ਦਾ ਸਭ ਕੁਛ ਮਿਲਿਆ ਇੱਕ ਕਲਾਕਾਰ ਦੇ ਲਈ, ਜੋ ਜ਼ਰੂਰੀ ਹੁੰਦਾ ਕਿ ਸਿਰਫ ਇਹ ਨਹੀਂ ਕਿ ਤੁਸੀਂ 2 ਘੰਟੇ ਸਟੇਜ 'ਤੇ ਗਾਉਣਾ। ਬਾਪੂ ਜੀ ਪਾਰ ਸਾਹਿਬ ਕਹਿੰਦੇ ਹੁੰਦੇ ਕਿ ਜਿਹੜੀ ਚੀਜ਼ ਮੈਟਰ ਕਰਦੀ ਹੈ ਉਹ ਇਹ ਹੈ ਕਿ ਤੁਸੀਂ ਬਾਕੀ 22 ਘੰਟੇ ਕੀ ਚੀਜ਼ ਹੋ, ਤੁਸੀਂ 2 ਘੰਟੇ ਗਾ ਲਿਆ, ਬਾਕੀ 22 ਘੰਟੇ ਤੁਹਾਡੀ ਪਰਸਨੈਲਿਟੀ, ਤੁਹਾਡੀ ਸੋਚ, ਤੁਹਾਡਾ ਸੁਭਾਅ ਕੀ ਹੈ। ਸੋ ਉਹ ਬਾਪੂ ਜੀ ਪਾਰ ਸਾਹਿਬ ਉਹਨਾਂ ਦੇ ਨਾਲ ਬਰਾਬਰ ਮੇਰੇ ਉਸਤਾਦ ਹੀ, 33 ਸਾਲ ਜਿਨ੍ਹਾਂ ਨੇ ਇਕੱਠਿਆਂ ਗਾਇਆ ਜ਼ਿੰਦਗੀ 'ਚ, 33 ਮਿੰਟ ਨਹੀਂ ਅੱਜ ਕੱਲ੍ਹ ਕੋਈ ਕੱਢਦਾ, ਪਰ 33 ਵਰ੍ਹੇ ਉਹਨਾਂ ਨੇ ਇਕੱਠਿਆਂ ਨੇ ਕਵੀਸ਼ਰੀ ਗਾਈ। ਉਹ ਸਨ ਸਰਦਾਰ ਸ਼੍ਰੋਮਣੀ ਕਵੀਸ਼ਰ ਸਰਦਾਰ ਰਣਜੀਤ ਸਿੰਘ ਸਿੱਧਵਾਂ, ਅਤੇ ਉਹਨਾਂ ਦੇ ਫਰਜ਼ੰਦ ਵੱਡੇ ਭਾਈ ਗੁਰੀ ਸਤਿੰਦਰਪਾਲ ਸਿੱਧਵਾਂ, ਜਿਹਨੂੰ ਕਈ ਵਾਰੀ ਤੁਸੀਂ ਲਾਈਵ 'ਤੇ ਮੇਰੇ ਨਾਲ ਵੇਖਿਆ, ਬਹੁਤ ਅੱਛੇ ਓਰੇਟਰ, ਬਹੁਤ ਅੱਛੇ ਬੁਲਾਰੇ ਨੇ ਉਹ, ਅਤੇ ਉਹਨਾਂ ਦਾ ਬੇਟਾ ਸਾਡਾ ਅਜੀਜ਼ ਟੋਰਾਂਟੋ ਬੋਰਨ, ਉੱਥੇ ਪ੍ਰਾਊਡ ਆਫ ਨਵੀਂ ਸਿੱਧੂ, ਉਹ ਕਾਫੀ ਦੇਰ ਤੋਂ ਉਹਦਾ ਸ਼ੌਕ ਹੈ ਇੱਧਰ ਗਾਇਕੀ ਵੱਲ, ਔਰ ਮਿਹਨਤ ਤਿਆਰੀ ਕੀਤੀ ਉਹਨੇ, ਅਤੇ ਅੱਜ ਫਾਈਨਲੀ 1 ਮਾਰਚ ਨੂੰ ਨਵੀਂ ਸਿੱਧੂ ਦਾ ਗੀਤ ਅੱਖਾਂ ਕਾਲੀਆਂ ਅਮਰ ਆਡੀਓ ਦੇ ਸੰਗੀਤ ਵਿੱਚ, ਜਿਸ ਨੂੰ ਹੈਪੀ ਰਾਏ ਕੁੱਟੀ ਨੇ ਲਿਖਿਆ ਔਰ ਦੀਪ ਚੰਡੂ, ਸਾਰੀ ਇੱਕ ਨੌਜਵਾਨ ਟੀਮ ਹੈ, ਹੈਪੀ ਰਾਏ ਕੋਟੀ, ਦੀਪ ਚੰਡੂ ਔਰ ਸਾਡਾ ਵੀਰ ਸੁੱਖ ਸੰਘੇੜਾ, ਜਿਹੜਾ ਮੈਨੂੰ ਵੀ ਉਹਦੇ ਨਾਲ ਵੀਡੀਓ 'ਚ ਇੱਕ ਕੰਮ ਕਰਨ ਦਾ ਮੌਕਾ ਮਿਲਿਆ ਸੀ, ਅਤੇ ਪਿੰਕੀ ਧਾਲੀਵਾਲ ਸਾਹਿਬ, ਬਾਈ ਜੀ ਹੋਰੀ ਸਾਰੀ ਟੀਮ ਨੇ ਇਹ ਗਾਣਾ 'ਚ ਰਿਲੀਜ਼ ਕੀਤਾ, ਚੈਨਲਸ 'ਤੇ ਵੀ ਸ਼ੁਰੂ ਹੋ ਗਿਆ ਅੱਜ, ਔਰ ਯੂਟਿਊਬ ਦਾ ਲਿੰਕ ਵੀ ਅਸੀਂ ਉੱਪਰ ਪਾਇਆ, ਅਤੇ ਮੈਂ ਜ਼ਰੂਰ ਤੁਹਾਨੂੰ ਪੁਰਜ਼ੋਰ ਆਪਣੇ ਵੱਲੋਂ ਬੜੀ ਹੰਬਲ ਰਿਕੁਐਸਟ ਆ ਤੁਹਾਨੂੰ, ਕਿਉਂਕਿ ਮੈਨੂੰ ਯਾਦ ਆ, ਮੈਨੂੰ ਆਪਦਾ ਟਾਈਮ ਯਾਦ ਆਉਂਦਾ ਜਦ ਚਿੱਠੀ ਰਿਲੀਜ਼ ਹੋਇਆ ਸੀ, ਕਿ ਨਿਸ਼ਲੀ ਕਲਾਕਾਰ ਕਿੰਨੀ ਮਿਹਨਤ, ਕਿੰਨੇ ਸੁਪਨੇ, ਕਿੰਨੇ ਚਾਅ ਲੈ ਕੇ ਇਸ ਖੇਤਰ ਦੇ ਵਿੱਚ ਉਡਾਰੀ ਭਰਦੇ ਆ, ਅਤੇ ਉਹ ਕਾਮਯਾਬੀ ਤਾਂ ਹੋ ਸਕਦੀ ਹੈ ਜੇ ਸਰੋਤਿਆਂ ਦਾ ਉਸਨੂੰ ਹੁੰਗਾਰਾ ਮਿਲੇ, ਸਰੋਤਿਆਂ ਦਾ ਜੇ ਉਸਨੂੰ ਆਸ਼ੀਰਵਾਦ ਮਿਲੇ। ਸੋ ਮੈਂ ਆਸ ਕਰਦਾ ਕਿ ਅੱਜ ਜਿਹੜੀ ਨਵੀਂ ਸ਼ੁਰੂਆਤ ਆ ਆਪਣੀ ਕਲਾਕਾਰੀ ਦੇ ਖੇਤਰ ਵਿੱਚ, ਓਫਿਸ਼ਲੀ ਹੈ ਜਿਹੜੀ, ਉਹ ਅੱਜ ਸ਼ੁਰੂਆਤ ਹੈ ਨਵੀਂ ਸਿੱਧੂ ਦੀ, ਅਤੇ ਪਰਮਾਤਮਾ ਕਰੇ ਕਿ ਜੀ ਤੁਹਾਡਾ ਉਹਨੂੰ ਪਿਆਰ ਮਿਲੇ, ਤੁਹਾਡਾ ਆਸ਼ੀਰਵਾਦ ਮਿਲੇ, ਔਰ ਇੱਕ ਅੱਛੇ ਸਾਫ਼ ਸੁਥਰੇ ਗੀਤ ਲੈ ਕੇ, ਸਾਫ਼ ਸੁਥਰੀਆਂ ਵੀਡੀਓਜ਼ ਲੈ ਕੇ ਉਹ ਤੁਹਾਡੀ ਕਚਹਿਰੀ ਵਿੱਚ, ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦਾ ਰਹੇ। ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਮੈਂ ਏਅਰਪੋਰਟ 'ਤੇ ਜਾ ਰਿਹਾ ਸੀ, ਅਤੇ ਮੇਰੇ ਜਿਹੜੀਆਂ ਰਿਕਾਰਡਿੰਗਸ ਵਗੈਰਾ ਵੀਡੀਓਜ਼ ਦਾ ਸਾਰਾ ਕੁਛ ਪਲੈਨ, ਕਾਫੀ ਵੱਡੇ ਪੱਧਰ 'ਤੇ ਜਿਹੜਾ
ਮੁੰਬਈ ਦੇ ਵਿੱਚ ਚੱਲ ਰਿਹਾ ਜੀ, ਅਤੇ ਵਿੱਚ ਮੈਨੂੰ ਹੁਣ ਸ਼ੋਅਜ਼ ਤੋਂ ਆ 2 ਕੁ ਦਿਨ ਫ੍ਰੀ ਸੀ, ਅਤੇ ਏਅਰਪੋਰਟ ਜਾਂਦਿਆਂ ਹੋਇਆਂ ਮੈਂ ਸੋਚਿਆ ਕਿ ਇੱਕ ਨਿੱਜੀ ਸਾਰੇ ਚਾਹੁਣ ਵਾਲਿਆਂ ਨੂੰ, ਸਤਿਕਾਰਯੋਗ ਮੇਰੇ ਜਿਹੜੇ ਤੁਸੀਂ ਹੋ, ਮੈਨੂੰ ਹਰਭਜਨ ਮਾਨ ਬਣਾਉਣ ਵਾਲੇ ਹੋ, ਕਿ ਮੈਂ ਤੁਹਾਨੂੰ ਇੱਕ ਨਿੱਜੀ ਤੌਰ 'ਤੇ ਸੁਨੇਹਾ ਦੇਵਾਂ, ਅਤੇ ਤੁਸੀਂ ਲਈ ਜ਼ਰੂਰ ਜ਼ਰੂਰ ਨਵੀਂ ਸਿੱਧੂ ਹੋਰਾਂ ਦੇ ਇਸ ਗਾਣੇ ਦੀ ਸਪੋਰਟ ਕਰਨਾ, ਔਰ ਤਾਂ ਕਿ ਅੱਗੋਂ ਹੋਰ ਤੁਹਾਡੀ ਹੌਸਲਾ ਅਫਜ਼ਾਈ ਨਾਲ ਉਹ ਅੱਗੇ ਵੱਧ ਸਕੇ, ਅਤੇ ਅੱਗੋਂ ਹੋਰ ਅੱਛੇ ਅੱਛੇ ਗਾਣੇ, ਅੱਛਾ ਸੰਗੀਤ ਤੁਹਾਡੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਵੇ। ਮੈਂ ਚਾਹਾਂਗਾ ਕਿ 2 ਕੁ ਮਿੰਟ ਇੱਕ ਨਿੱਜੀ ਤੌਰ 'ਤੇ ਸੁਨੇਹਾ ਤੁਹਾਨੂੰ ਨਵੀਂ ਸਿੱਧੂ ਆਪ ਵੀ ਦੇਵੇ ਜੀ, ਉਸ ਤੋਂ ਬਾਅਦ ਮੈਂ ਫਿਰ ਤੁਹਾਡੇ ਨਾਲ ਹਾਜ਼ਰ ਹਾਂ ਜੀ। ਹਾਂਜੀ, ਸਭ ਤੋਂ ਪਹਿਲਾਂ ਸਾਰੇ ਹੀ ਫੇਸਬੁੱਕ ਫੈਮਿਲੀ ਨੂੰ, ਹਰਭਜਨ ਮਾਨ ਸਾਹਿਬ ਦੀ ਫੇਸਬੁੱਕ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਅਤੇ ਬਹੁਤ ਹੀ ਚਾਅ, ਅਤੇ ਗਾਣੇ 'ਚ ਵੀ ਇੱਕ ਲਾਈਨ ਆ ਵੀ ਅੱਖ ਲੱਗਦੀ ਨਾ ਗੱਭਰੂ ਦੀ ਰਾਤ ਨੂੰ, ਮੇਰੀ ਸੱਚੀ ਨਹੀਂ ਅੱਖ ਲੱਗੀ ਰਾਤ ਨੂੰ, ਇੰਨਾ ਚਾਅ ਸੀ ਕਿ ਸਾਰਿਆਂ ਦਾ ਰਿਐਕਸ਼ਨ ਦੇਖਾਂ ਅਤੇ ਸਾਰਿਆਂ ਨੂੰ ਫੁੱਲ ਵੀਡੀਓ ਦੇਖਣ ਦਾ ਮੌਕਾ ਮਿਲੇ, ਅਤੇ ਜਿੰਨੇ ਮੈਸੇਜ ਮੈਨੂੰ ਹਰਭਜਨ ਮਾਨ ਸਾਹਿਬ ਦੇ ਫੇਸਬੁੱਕ ਪਰਿਵਾਰ ਤੁਹਾਡੇ ਸਾਰੇ ਸਪੋਰਟਰਸ ਦੇ ਵੱਲੋਂ ਮਿਲੇ, ਮੈਂ ਤੁਹਾਡਾ ਸੱਚੀ ਲਫਜ਼ਾਂ ਦੇ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਕਿੰਨਾ ਧੰਨਵਾਦੀ ਹਾਂ ਮੈਂ ਸਾਰੇ ਹੀ ਤੁਹਾਡੇ ਸਪੋਰਟਰਸ ਦਾ, ਅਤੇ ਮੈਨੂੰ ਲੱਗਦਾ ਨਹੀਂ ਸੀ ਕਿ ਇੱਕ ਨਵੇਂ ਸਿੰਗਰ ਨੂੰ, ਨਵੇਂ ਕਲਾਕਾਰ ਨੂੰ ਇੰਨਾ ਪਿਆਰ ਮਿਲ ਸਕੇਗਾ, ਪਰ ਤੁਹਾਡਾ ਇੰਨਾ ਸਭ ਦਾ ਸਪੋਰਟ ਹੈ, ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ, ਅਤੇ ਮੈਂ ਸਭ ਤੋਂ ਵੱਧ ਧੰਨਵਾਦ ਹਰਭਜਨ ਮਾਨ ਸਾਹਿਬ ਦਾ ਕਰਨਾ ਚਾਹੁੰਦਾ, ਜੋ ਕਿ ਇੱਕ ਫਾਦਰ ਫਿਗਰ, ਇੱਕ ਮੈਂਟਰ ਬਣ ਕੇ ਉਹਨਾਂ ਨੇ ਮੈਨੂੰ ਗਾਈਡ ਕੀਤਾ, ਤੁਸੀਂ ਕਹਿ ਸਕਦੇ ਹੋ ਕਿ ਮੇਰੀ ਉਂਗਲ ਫੜ ਕੇ ਮੈਨੂੰ ਇਸ ਇੰਡਸਟਰੀ ਦੇ ਵਿੱਚ ਲੈ ਕੇ ਆਏ ਨੇ, ਅਤੇ ਕਈ ਵਾਰ ਐਕਸਪ੍ਰੈਸ ਨਹੀਂ ਹੁੰਦਾ ਪਰ ਲਫਜ਼ਾਂ ਦੇ ਵਿੱਚ ਮੈਂ ਸੱਚੀ ਉਹਨਾਂ ਦਾ ਧੰਨਵਾਦ ਜਿੰਨਾ ਮੈਂ ਕਰਨਾ ਚਾਹੁੰਦਾ, ਮੈਨੂੰ ਲੱਗਦਾ ਨਹੀਂ ਕਿ ਮੈਂ ਐਕਸਪ੍ਰੈਸ ਕਰ ਸਕਾਂ, ਪਰ ਉਹਨਾਂ ਦਾ ਮੈਂ ਸਾਰਿਆਂ ਤੋਂ ਵੱਧ ਥੈਂਕ ਯੂ ਕਰਨਾ ਚਾਹੁੰਦਾ, ਕਿਉਂਕਿ ਉਹਨਾਂ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿ ਇੱਕ ਮੇਰੇ ਵਰਗੇ, ਉੱਥੋਂ ਮੈਂ ਟੋਰਾਂਟੋ ਦਾ ਬੋਰਨ ਹਾਂ, ਇੱਥੇ ਆ ਕੇ ਹੁਣ ਮੈਂ ਇੰਡਸਟਰੀ ਦੇ ਵਿੱਚ ਐਂਟਰ ਕੀਤਾ, ਸੋ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਗੀਤ ਨੂੰ ਖੂਬ ਪਸੰਦ ਕਰੋਗੇ। ਮੈਂ ਆਪਦੇ ਆਪ ਨੂੰ ਖੁਸ਼ਕਿਸਮਤ ਸਮਝਾਂ ਕਿ ਮੈਂ ਆਪਣੇ ਦਾਦਾ ਜੀ ਸ਼੍ਰੋਮਣੀ ਕਵੀਸ਼ ਰਣਜੀਤ ਸਿੰਘ ਸਿੱਧਵਾਂ ਹੋਰਾਂ ਦੀ ਲੈਗਸੀ, ਅਤੇ ਆਪਣੇ ਫਾਦਰ ਸਾਹਿਬ ਸਤਿੰਦਰਪਾਲ ਸਿੰਘ ਸਿੱਧਵਾਂ ਦੀ ਲੈਗਸੀ, ਅਤੇ ਬਾਪੂ ਜੀ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਜਾਂ ਤੁਸੀਂ ਗੀਤ ਨੂੰ ਪਸੰਦ ਕਰੋਗੇ, ਇੱਦਾਂ ਹੀ ਤੁਸੀਂ ਸਪੋਰਟ ਕਰਿਓ ਪਲੀਜ਼, ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ, ਮੈਨੂੰ ਪਤਾ ਤੁਸੀਂ ਇੰਨੇ ਪਿਆਰੇ ਹੋ, ਤੁਸੀਂ ਸਪੋਰਟ ਕਰੋਗੇ ਵੀ ਅਤੇ ਕਰਦੇ ਆ ਰਹੇ ਹੋ, ਸੋ ਤੁਹਾਡਾ ਬਹੁਤ ਥੈਂਕ ਯੂ ਸਾਰਿਆਂ ਦਾ, ਉਮੀਦ ਹੈ ਤੁਸੀਂ ਗੀਤ ਨੂੰ ਖੂਬ ਪਸੰਦ ਕਰੋਗੇ। ਸੋ ਨਵੀਂ ਦਾ ਸੁਨੇਹਾ ਸੀ ਜੀ, ਮੈਂ ਆਸ ਕਰਦਾ ਕਿ ਜ਼ਰੂਰ ਤੁਸੀਂ, ਮੈਂ ਨਹੀਂ ਕਹਿੰਦਾ ਕਿ ਪਹਿਲੇ ਗੀਤ ਦੇ ਨਾਲ ਹੀ ਆਰਟਿਸਟ ਜਿਹੜਾ ਉਹ ਪਰਫੈਕਟ ਬਣ ਜਾਂਦਾ, ਉਹਦੇ 'ਚ ਕੋਈ ਤਰੁੱਟੀ ਜਾਂ ਕਮੀ ਨਹੀਂ ਹੋਊਗੀ, ਕਿਉਂਕਿ ਗਾਇਕੀ ਕਲਾਕਾਰੀ ਇੱਕ ਐਸਾ ਪ੍ਰੋਸੈਸ ਹੈ ਜਿਹੜਾ ਬੰਦਾ ਸਾਰੀ ਉਮਰ ਸਿੱਖਦਾ, ਔਰ ਹਰ ਸਟੇਜ, ਹਰ ਨਵੀਂ ਰਿਕਾਰਡਿੰਗ ਕਲਾਕਾਰ ਲਈ ਇੱਕ ਇਮਤਿਹਾਨ ਹੁੰਦੀ ਹੈ। ਕਈ ਦਫ਼ਾ ਅਸੀਂ ਸੋਚਦੇ ਹਾਂ ਕਿ ਆਹ ਸਾਡੀ ਜ਼ਿੰਦਗੀ ਦਾ ਸਭ ਤੋਂ ਬੈਸਟ ਗੀਤ ਹੈ ਜਾਂ ਬੈਸਟ ਫਿਲਮ ਹੈ, ਪਰ ਉਹ ਸਰੋਤਿਆਂ ਦੀ ਕਸਵੱਟੀ 'ਤੇ ਪੂਰੀ ਨਹੀਂ ਉਤਰਦੀ, ਔਰ ਕਈ ਵਾਰੀ ਕਿਸੇ ਗੀਤ ਜਾਂ ਫਿਲਮ 'ਤੇ ਤੁਹਾਨੂੰ ਐਡੀ ਉਮੀਦ ਨਹੀਂ ਹੁੰਦੀ ਪਰ ਉਹ ਹੱਦੋਂ ਵੱਧ ਕਾਮਯਾਬ ਹੋ ਜਾਂਦੀ ਹੈ। ਲੇਕਿਨ ਇਹ ਆ ਕਿ ਹਰ ਕੰਮ ਦੇ ਵਿੱਚ ਜਿਹੜੀ ਸਿੰਸੈਰਿਟੀ, ਕਮਿਟਮੈਂਟ ਜ਼ਰੂਰ ਹੋਣੀ ਚਾਹੀਦੀ ਹੈ, ਤੁਹਾਡਾ ਉਹ ਲਗਨ, ਉਹ ਅੱਗ ਜ਼ਰੂਰ ਹੋਣੀ ਚਾਹੀਦੀ ਹੈ ਕਿ ਜਿਹੜੀ ਤੁਸੀਂ ਚੀਜ਼ ਕਰ ਰਹੇ ਹੋ ਬੜੀ। ਮੈਂ ਆਸਦਾ ਹੁੰਦਾ ਜੀ ਕਿ ਬੰਦਾ ਚਾਹ ਵੀ, ਦਾਲ ਸਬਜ਼ੀ ਵੀ, ਕੋਈ ਵੀ ਚੀਜ਼ ਹੈ ਜਿਹੜੀ ਉਹ ਜਦੋਂ ਸਵਾਦ ਨਾਲ ਕਰੇ, ਪੂਰੇ ਸੱਚੀ ਨੀਅਤ ਨਾਲ ਕਰੇ, ਤਾਂ ਫਿਰ ਉਹਦਾ ਸਵਾਦ, ਉਹਦਾ ਟੇਸਟ, ਉਹਦੀ ਗੱਲ ਹੀ ਅਲੱਗ ਹੁੰਦੀ ਹੈ ਜੀ। ਅਤੇ ਮੈਂ ਆਸ ਕਰਦਾ ਕਿ ਤੁਸੀਂ ਇੱਕ ਪਰਿਵਾਰ ਦੀ ਤਰ੍ਹਾਂ ਜਿਹੜੀ ਕੋਈ ਕਮੀ ਪੇਸ਼ੀ ਹੋਊਗੀ ਉਹ ਵੀ ਜ਼ਰੂਰ ਦੱਸੋਗੇ, ਤਾਂ ਕਿ ਨਵੀਂ ਫਿਊਚਰ ਦੇ ਵਿੱਚ ਉਹ ਆਪਣੀਆਂ ਹੋਰ ਜਿਹੜੀਆਂ ਕਮੀਆਂ, ਤਰੁੱਟੀਆਂ ਉਹਨਾਂ ਨੂੰ ਦੂਰ ਕਰ ਸਕੇ, ਅਤੇ ਹੌਲੀ ਹੌਲੀ, ਅੱਜ ਗੱਡੀ ਅਜੇ ਪਹਿਲੇ ਗੇਅਰ 'ਚ ਪਈ ਹੈ, ਪਹਿਲੀ ਗੱਡੀ, ਅਸੀਂ ਇਹ ਨਹੀਂ ਆਸ ਰੱਖਦੇ ਨਾ ਇਹ ਉਮੀਦ ਰੱਖਣੀ ਚਾਹੀਦੀ ਹੈ ਕਿ ਸਿੱਧੀ ਗੱਡੀ ਚੌਥੇ ਗੇਅਰ 'ਚ ਭੱਜੂਗੀ, ਕਿਉਂਕਿ ਉਹ ਗੱਡੀ ਫਿਰ ਕੰਡ ਵੀ ਬਹੁਤ ਜਲਦੀ ਹੁੰਦੀ ਹੈ ਜਿਹੜੀ ਚੌਥੇ 'ਚ ਭੱਜੇ। ਸੋ ਹੌਲੀ ਹੌਲੀ ਟਰਾਇਲ ਐਂਡ ਏਅਰ, ਗਲਤੀਆਂ ਤੋਂ, ਗੁਸਤਾਖੀਆਂ ਬੰਦਾ ਹਮੇਸ਼ਾ ਸਿੱਖਦਾ, ਅਤੇ ਤੁਹਾਡੇ ਸਾਥ ਨਾਲ ਜਿਹੜਾ ਅੱਗੇ ਇਹ ਉਡਾਰੀ ਭਰੇ,
ਤੇ ਪਲੀਜ਼ ਮੇਰੀ ਸਭ ਨੂੰ ਸਨੀ ਜੀ ਭੁੱਲਿਓ ਨਾ, ਮਨਦੀਪ ਨਾਹਲ ਸਾਹਿਬ, ਹੀਰੋ ਬਲਰਾਜ ਜੀ ਔਰ ਨਵਪ੍ਰੀਤ ਕੌਰ ਭੁੱਲਰ ਜੀ, ਰਾਹੁਲ ਜੀ, ਅਲੀ ਭੱਟੀ ਸਾਹਿਬ, ਸਰਦਾਰ ਜੀ, ਥੈਂਕ ਯੂ ਬ੍ਰਦਰ, ਲੱਕੀ ਲੰਡਨ ਵਾਲਾ ਸੰਦੀਪ ਜੀ, ਰਾਹੁਲ ਜੀ, ਤੁਸੀਂ ਸਾਰਿਆਂ ਨੂੰ, ਸਾਰੇ ਜਿੰਨੇ ਮੈਂ, ਕਾਸ਼ ਕਿ ਮੈਂ ਸਭ ਦੇ ਨਾਮ ਪੜ੍ਹ ਸਕਾਂ, ਮੈਂ ਆਲਮੋਸਟ ਏਅਰਪੋਰਟ 'ਤੇ ਹਾਂ ਜੀ, ਅਤੇ ਜ਼ਰੂਰ ਮੈਂ ਆਸ ਕਰਦਾ ਕਿ ਤੁਸੀਂ ਨਵੀਂ ਨੂੰ ਜਿਹੜੀ ਉਹ ਫੁੱਲ ਸਪੋਰਟ, ਪੂਰੀ 100% ਸਪੋਰਟ ਹੈ ਜਿਹੜੀ ਉਹ ਦੇਵੋਗੇ, ਔਰ ਵੱਧ ਤੋਂ ਵੱਧ ਇਹ ਗਾਣਾ ਸ਼ੇਅਰ ਕਰੋਗੇ, ਵੱਧ ਤੋਂ ਵੱਧ ਸਾਡਾ ਸਾਥ ਦਿਓਗੇ ਜੀ। ਸੋ ਥੈਂਕ ਯੂ ਸੋ ਮੱਚ। ਅਤੇ ਮੈਂ ਨਾਲ ਦੀ ਨਾਲ ਤੁਹਾਨੂੰ ਇਹ ਵੀ ਹੈ ਕਿ ਸਪੇਨ ਵਾਲੇ ਜੱਸਾ ਗਿਲਵਾਈ ਜੀ, ਸਤਿ ਸ਼੍ਰੀ ਅਕਾਲ ਵੀਰੇ, ਤੁਹਾਨੂੰ ਇਹ ਵੀ ਬੜੀ ਦੇਰ ਦਾ ਕਿ ਭਜਨ ਬਾਈ ਸਾਨੂੰ ਲਾਰੇ ਲਾਈ ਜਾਂਦਾ, ਸਤਰੰਗੀ ਪੀਂਘ ਜਾਂ ਹੋਰ ਕੋਈ ਨਵਾਂ ਗਾਣਾ ਨਹੀਂ ਆ ਰਿਹਾ, ਯਕੀਨ ਕਰਿਓ ਬਸ ਸਾਰਾ ਕੁਛ ਆਲਮੋਸਟ ਰੈਡੀ ਹੈ, ਸਾਰਾ ਕੁਛ ਆਲਮੋਸਟ ਰੈਡੀ ਹੈ, ਸਿਰਫ ਕਿਉਂਕਿ ਤੁਹਾਡੇ ਨਾਲ ਮੈਂ ਬੜੇ ਦੇਰ ਤੋਂ ਇਹ ਗੱਲ ਦਾ ਵਾਅਦਾ ਕਰਦਾ ਹੋਣਾ ਕਿ 2017 ਜਿਹੜਾ ਇਹ ਮੈਂ ਸੰਗੀਤ ਨੂੰ ਸਮਰਪਿਤ ਕਰਨਾ, ਵੱਧ ਤੋਂ ਵੱਧ ਗੀਤ, ਵੱਧ ਤੋਂ ਵੱਧ ਵੀਡੀਓਜ਼, ਵੱਧ ਤੋਂ ਵੱਧ ਜਿਹੜਾ ਗੀਤ ਸੰਗੀਤ ਮੇਰਾ ਪਿਛਲੇ ਸਾਲਾਂ 'ਚ ਘੱਟ ਆਇਆ, ਉਹ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕਰਨੀ ਹੈ, ਜਿਹੜੇ ਮੇਰੇ ਸਰੋਤੇ ਨੇ ਜਿਹੜੇ ਹਰਭਜਨ ਮਾਨ ਨੂੰ ਚਾਅ ਨਾਲ ਸੁਣਦੇ ਨੇ। ਸੋ ਬਲੀਵ ਮੀ, ਮੈਂ ਪੂਰਾ ਲੱਗਿਆ ਹੋਇਆ ਹੈਗਾ ਕਿ ਜਿਹੜਾ ਉਹ ਵੀਡੀਓ ਦੇ ਵਿੱਚ ਉਹ ਗਾਣਿਆਂ 'ਚ ਕੋਈ ਕਮੀ ਨਾ ਰਹਿ ਜਾਵੇ, ਕਿਉਂਕਿ ਹਰੇਕ ਗਾਣੇ 'ਤੇ ਇੱਕ ਬਹੁਤ ਵੱਡੀ ਐਕਸਪੈਕਟੇਸ਼ਨ ਵੀ ਹੁੰਦੀ ਹੈਗੀ। ਅਤੇ ਸੋ ਪਲੀਜ਼ ਥੋੜ੍ਹਾ ਜਿਹਾ ਹੋਰ ਸਾਥ ਦਿਓ, ਅਤੇ ਬਸ ਫਿਰ ਜਲਦੀ ਅਸੀਂ ਮੇਰੇ ਗੀਤ, ਐਲਬਮ, ਫੁੱਲ ਸੀ ਡੀ, ਸਾਰੀਆਂ ਚੀਜ਼ਾਂ ਲੈ ਕੇ ਬਹੁਤ ਬਹੁਤ ਜਲਦੀ ਆ ਰਹੇ ਹੈਗੇ। ਸੋ ਵੰਸ ਅਗੇਨ ਆਪਾਂ ਡਿਪਾਰਚਰ, ਅਤੇ ਬਸ ਬਹੁਤ ਜਲਦੀ ਆਵਾਂਗੇ ਜੀ, ਤੁਸੀਂ ਇਹੀ ਸਤਿਕਾਰ, ਇਹੀ ਆਪਣਾ ਸਾਥ ਆ, ਇਹ ਨਿੱਘ ਆ ਜਿਹੜਾ ਇਹ ਬਣਿਆ ਰਹੇ ਜੀ, ਕਿਉਂਕਿ ਕਲਾਕਾਰ ਜੋ ਵੀ ਹੈ ਉਹ ਲੋਕਾਂ ਦੇ ਪਿਆਰ ਨਾਲ, ਲੋਕਾਂ ਦੀ ਬੱਲੇ ਬੱਲੇ ਨਾਲ ਹੈ ਜੀ, ਔਰ ਲੋਕ ਬਹੁਤ ਵੱਡੇ ਹੁੰਦੇ ਆ, ਲੋਕ ਬਹੁਤ ਚੰਗੇ ਹੁੰਦੇ ਆ, ਚਾਹੀਏ ਤਾਂ ਕਿਸੇ ਨੂੰ ਵੀ ਉਹ ਆਕਾਸ਼ ਤੱਕ ਪਹੁੰਚਾ ਸਕਦੇ ਆ, ਬੇਸ਼ਰਤ ਇਹ ਹੈ ਕਿ ਅਸੀਂ ਉਸ ਚੀਜ਼ ਦੇ ਕਦਰਦਾਨ ਹੋਈਏ ਜੀ। ਅਤੇ ਮੈਂ ਹਮੇਸ਼ਾ ਤੁਹਾਡਾ ਕਦਰਦਾਨ ਰਿਹਾ, ਤੁਹਾਡਾ ਧੰਨਵਾਦ ਆ, ਤੁਸੀਂ ਮਿਹਰਬਾਨ ਰਹੇ ਹੋ ਮੇਰੇ। ਸੋ ਸ਼ੁਕਰੀਆ, ਫਲਾਈਟ ਲਈਏ ਜਾ ਕੇ ਬੰਬੇ, ਬਹੁਤ ਐਕਸਾਈਟਮੈਂਟ ਆ ਜੀ, ਮੁੰਬਈ ਦੇ ਵਿੱਚ ਗਾਣੇ ਜਿਹੜੇ ਤਿਆਰ ਆ, ਕੁਛ ਬਿਲਕੁਲ ਹੀ ਰੈਡੀ ਆ, ਕੁਛ ਵੀਡੀਓਜ਼ ਦੇ ਲਈ ਮੀਟਿੰਗਸ ਨੇ, ਅਤੇ ਮੈਂ ਚਾਹੁੰਦਾ ਕਿ ਦੁਆਰ ਤੋਂ ਪਰਮਾਤਮਾ ਕਰੇ ਬਹੁਤ ਅੱਛੀਆਂ ਅੱਛੀਆਂ ਚੀਜ਼ਾਂ, ਨਵੇਂ ਨਵੇਂ ਰੰਗ ਅਤੇ ਨਵੀਆਂ ਨਵੀਆਂ ਡਾਰੀਆਂ, ਨਵੀਆਂ ਚੇਂਜਸ, ਨਵੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬਹੁਤ ਜਲਦੀ ਗੀਤਾਂ 'ਚ ਲੈ ਕੇ ਆਈਏ। ਸੋ ਤੁਸੀਂ ਜਿਉਂਦੇ ਵਸਦੇ ਰਹੋ, ਥੈਂਕ ਯੂ ਸੋ ਮੱਚ, ਬਹੁਤ ਤੁਹਾਡਾ ਧੰਨਵਾਦ। ਇਕਬਾਲ ਜੀ ਨਿਊਜ਼ੀਲੈਂਡ ਤੋਂ, ਸੰਜੀਤ ਕੌਰ, ਕੰਬੋਜ ਕੌਰ, ਪ੍ਰੀਤ ਰੰਧਾਵਾ ਜੀ, ਹਰਪ੍ਰੀਤ ਸਿੰਘ ਵੀਰ, ਮੈਂ ਹੁਣ ਜਾਣਾ ਜੀ, ਅਤੇ ਮੈਂ ਤੁਹਾਡਾ ਧੰਨਵਾਦ ਕਰਾਂ ਕਿਉਂਕਿ ਫਲਾਈਟ ਨਾ ਲੰਘ ਜੇ, ਅਤੇ ਹੁਣ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ, ਰੱਬ ਸੁੱਖ ਰੱਖੇ, ਫਿਰ ਆਪਣੇ ਦਰਸ਼ਨ ਮੇਲੇ ਹੋਣਗੇ ਜੀ ਜਲਦੀ, ਇਹ ਜਿਉਂਦਿਆਂ ਦੇ ਮੇਲੇ ਆ, ਜੱਗ ਜਿਉਂਦਿਆਂ ਦੇ ਮੇਲੇ ਆ, ਸਰਦਾਰਾਂ ਦੇ ਦਰਗਾਹੀ ਜਾ ਕੇ ਕੌਣ ਮਿਲਦਾ। ਬਲਜੀਤ ਹੋਰ ਆ ਇੱਧਰ ਯਾਰ, ਆ ਮੁੰਡਾ ਬਲਜੀਤ ਜੀ, ਇੰਨਾ ਕਲਾਕਾਰਾਂ ਦਾ ਪਿਆਰਾ ਇਹ, ਹਰ ਕਲਾਕਾਰ ਏਅਰਪੋਰਟ 'ਤੇ ਬਲਜੀਤ ਉੱਡ ਕੇ ਸਭ ਦੀ ਜ਼ਿੰਮੇਵਾਰੀ ਸਭ ਨੂੰ ਸੰਭਾਲਦਾ, ਮੇਰਾ ਛੋਟਾ ਵੀਰ ਅਜੀਜ਼, ਬਹੁਤ ਪਿਆਰਾ, ਔਰ ਸਭ ਕਲਾਕਾਰਾਂ ਦਾ ਇਹ ਮਾਣ ਆ ਏਅਰਪੋਰਟ 'ਤੇ, ਕੋਈ ਜਿਹੜਾ ਮਰਜ਼ੀ ਵੱਡੇ ਤੋਂ ਵੱਡਾ ਸਟਾਰ ਹੋਵੇ, ਉਹਨੂੰ ਪਤਾ ਲੱਗ ਜਾਵੇ ਸਾਡਾ ਪੰਜਾਬੀ ਕਲਾਕਾਰ ਆ, ਪਹਿਲਾਂ ਇਹਨੇ ਪੰਜਾਬੀ ਵਾਲੇ ਨੂੰ ਚੁੰਬੜਨਾ। ਸੋ ਬਹੁਤ ਜਿਉਂਦਾ ਰਹੇ ਮੇਰਾ ਵੀਰ ਬਲਜੀਤ, ਸਤਿ ਸ਼੍ਰੀ ਅਕਾਲ ਕਹਿੰਦੇ ਸਾਰਿਆਂ ਨੂੰ ਫੇਸਬੁੱਕ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਚਲੋ ਓਕੇ ਜੀ, ਜਿਉਂਦੇ ਵੱਸਦੇ ਰਹੋ, ਮਿਲਦੇ ਹਾਂ ਜਲਦੀ, ਬਾਏ।